Ja, aber noch sein Wirkel und sein Nationalmisch für so den Usain. Sie nicht der Mädel Mommel. Salvat Bland Awadman. أعوذ بالله من الشيطان الرجيم بسم الله الرحمن الرحيم الحمد لله رب العالمين الصلاة والسلام على من كان نبيا وآدم بين الماء والدين نبي دوجي صلوات سبتا وجبل معراج سيدنا وشفينا بالقاسم محمد سبيكر بند ہو گئے بھائی محمد المصطفى اشرف الانبياء والمرسلين اچھی صلوات میں پیادا سب کو چکر میں ڈال رکھا ہے اس بندے نہیں بولنا جن چکر نہیں آنا جن چکر نہیں آنا وہ چکر تسی کدھر آنا تے جنہیں چکر لے لیا وہ انہیں سمجھے میں کعبے چو ہو کے آیا کو اج تو بھی 22 دن پہلے اتھو بندے لکھاں روپے دے کے لباس بدل کے پینٹا شلٹاں شلواراں کمیزاں لہا کے خالی لک نال چادر لپیٹ کے ایک اتے لائے کے سر منا کے مکان دے بارو چکر لا کے کعبہ دا آگے ہیں بڑا بڑھنا ہے میں وزیراں میں صدراں میں جرنلاں میں ملک دا سربراہ ہاں میں ایس پی ہاں میں فلاں ہاں میں فلاں ہاں جلے تھے انہیں کیڑے افسر علی شکل ہے کدی ٹی وی تے ویکھو لگدا ہے سارے ہی ملنگ آ گئے بندے کعبے دا طواف کر دن میں پیادا سب کا نظر ہی نہ لے آیا چونکہ سوراں دے خراب ہون دا موسم شروع ہے یہ جی میں پسینے چ ہوا لگ سی سنن والے ذاکر ریت ہوندے وے سی ذاکر سنن والے ریت ہوندے وے سی میں دتھے دریا دی من تے جنگل دی لکڑی دا مکان میں بندے تو پچھیا لکڑی لئی علیاں نے رلا تے تھوبے مٹی دے لا تے کھڑے کیتے نہیں کچھ چنگا جیا پا لمیں اس کے لے دریا دی من تے یہ دجل دل کرے آوے تے لیندا لگا جاوے پر میرے تعارف کان کافی ہے جنگل چک جھونپڑی ہے میرا تعارف کافی ہے جی میں دریا تو تھوڑا جی اگے نکلیا کچی مٹی دیاں دیواراں این ڈنگیاں سدیاں ککر دیاں لکڑی کٹ کے سنیاں سکیاں چھت تے پائی ہوئی میں آخیا ہے کہڑی نمی ڈیزائننگ ہوئی ادھر کہ جی دریا سال تے ایک واری ضرور آ جی ڈہ جاوے تو میرا نقصان گھٹ ہوئے تو میرے تعارف کان مکان کافی ہے جھپڑی تو مکان شروع ہویا جی میں روڈ تے ٹریا شہر ہم دے گئے بلڈنگاں شروع ہو گئیاں
ਤੇ ਜਿਹੜੇ ਮੈਂ ਸਦਾਰਤੀ ਮਹਿਲ ਤੇ ਵਜ਼ੀਰ ਆਜ਼ਮ ਹਾਊਸ ਡਿੱਠਾ, ਮੈਂ ਆਖਿਆ ਵਜ਼ੀਰ ਆਜ਼ਮ ਹਿੱਕੇ ਕਮਰੇ ਢੇਰ ਨੇ, ਟੋਟੇ ਟੋਟੇ ਕਰਤੇ ਵਜ਼ੀਰ ਆਜ਼ਮ ਨੂੰ ਰੱਖ ਲਿਆ, ਐਵੇਂ ਫਜ਼ੂਲ ਇਤਨਾ ਖਰਚਾ ਕਰਨ ਦਾ। ਉਹਨਾਂ ਆਖਿਆ ਜਨਾਬ ਚੁੱਕੇ ਵਜ਼ੀਰ ਆਜ਼ਮ ਹੈ, ਸਦਰ ਹੈ, ਉਸ ਦੇ ਮਿਆਰ ਦਾ ਮਕਾਨ ਇਸ ਵਾਸਤੇ ਪਾਇਆ ਗਿਆ ਜੋ ਬਾਹਰੋਂ ਗੈਰ ਮੁਲਕੂ ਤੇ ਭਾਵੇਂ ਆਪਣੇ ਮੁਲਕ ਚ ਬੰਦੇ ਆਵੇ ਨਾ, ਦੂਰੋਂ ਵੇਖ ਕੇ ਆਖਣ ਵਾਕਿਆ ਜੀ ਇਹ ਮਹਿਲ ਦੱਸਿੰਦਾ ਹੈ ਕਹਿੰ ਸਰਬਰਾਹ ਦਾ ਮਕਾਨ। ਮੈਂ ਦੁਨੀਆਂ ਦੇ ਮਕਾਨ ਫਿਰਦਾ ਫਿਰਦਾ ਮੱਕੇ ਗਿਆ, ਹੇਠਾ ਹੱਥ ਕਰ ਬੋ, ਹੇਠਾ ਹੱਥ ਕਰ ਬੋ, ਦਾਦ ਦੇ ਮਾਣ ਲੈ ਤਾਂ ਤੁਹਾਨੂੰ ਚੈਲੇਂਜ ਹੋ ਪੈਂਦਾ ਤੇ ਦੇਰੇ ਤੇ ਮੀਆਂ ਸ਼ਾਨ ਮੈਨੂੰ ਜੀਵਨ ਹੀ ਨਹੀਂ ਦਿੰਦਾ। ਮੇਰਾ ਅਗਲਾ ਬਾਨੀ ਠੀਕ ਆਈ ਜਿਹੜਾ ਮੈਨੂੰ ਪੁੱਛਦਾ ਹੀ ਨਾ ਕਿ ਪੜਿਆ ਕਿਤਨਾ ਪੜਿਆ ਕਿਵੇਂ ਪੜਿਆ। ਸਾਨੂੰ ਤਾਂ ਉਹ ਜਿਹਾ ਬਾਨੀ ਚਾਹੀਦਾ ਮੇਰੀ ਪਰ ਹੁਣ ਵਟੀ ਬਣ ਮੈਂ ਮਕਾਨ ਤੇ ਗਿਆ, ਮੈਂ ਵੇਖਿਆ ਏਡਾ ਵੱਡਾ ਮਕਾਨ, ਏਡਾ ਸੋਹਣਾ ਮਕਾਨਾਂ ਨੂੰ ਕੱਜੇ ਹੋਇਆ ਕਦੀ ਨਹੀਂ ਵੇਖਿਆ। ਮਕਾਨ ਮਾਲਿਕ ਨੂੰ ਕਜੇਂਦਨ ਨਾ ਕਿ ਮਕਾਨ ਨੂੰ ਮਾਲਿਕ ਕਜੇਂਦਾ। ਮੈਂ ਆਖਿਆ ਹੇ ਤੇ ਘਰ ਤੇ ਹੇ ਖੁਦਾ ਦਾ ਇਹ ਬਾਰੋ ਕਾਲਾ ਗਿਲਾਫ ਲੁਕਾਇਆ ਕਿਉਂ ਵੇਸੂ। ਤੇ ਜਿਲ ਮੈਂ ਬਾਹਰੋਂ ਬੰਦਿਆਂ ਨੂੰ ਵੇਖਿਆ ਲੱਕ ਨਾਲ ਚਾਦਰ ਉੱਤੇ ਕੱਪੜਾ ਤੇ ਬਾਹਰੋਂ ਫਿਰਦੇ ਖਲੇ ਨੇ, ਮੈਂ ਹਾਜ਼ਰ ਹਾਂ। ਮੇਰੇ ਡਾਕਟਰ ਸਲਮ ਖਾਨ ਬਲੋਚ ਨੇ ਉੱਥੇ MBBS ਅਹਿਮਦਪੁਰ ਸਿਆਲ, ਉਹ ਕਾਬੇ ਗਿਆ ਨਾ ਤਵਾਫ ਕਰਕੇ ਹੱਜ ਦੇ ਅਰਕਾਨ ਮੁਕੰਮਲ ਕਰਕੇ, ਤੇ ਜਿਵੇਂ ਫੌਜੀ ਨਹੀਂ ਸਲੂਟ ਕਰਦੇ ਕਾਬੇ ਨੂੰ ਸਲੂਟ ਖਲਾ ਕਰੇ ਤੇ ਨਾਲ ਵਾਲੇ ਪੁੱਛਿਆ ਖੈਰ ਇਹ ਨਵਾਂ ਤਰੀਕਾ ਹੈ ਕਾਬੇ ਨੂੰ ਸਲਾਮ ਇਹ ਵਜਾ। ਉਹਦਾ ਕਿ ਮੈਂ ਕਾਬੇ ਨੂੰ ਆਦ ਰਿਹਾ ਵਾਂ, ਮੈਂ ਤੇ ਹੱਜ ਕਰ ਲਿਆ, ਪਤਾ ਨਹੀਂ ਤੂੰ ਕਬੂਲ ਕਰੇ ਨਾ ਕਰੇ, ਮੋਹਰੀ ਤਾਂ ਤੂੰ ਕੋਈ ਨਹੀਂ ਲਾ ਦਿੰਦਾ ਨਾ ਸਨਦ ਦੇਣਾ, ਲੈ ਤੂੰ ਹਾਜੀ ਹੈ ਤੇ ਜਿਵੇਂ ਤੂੰ ਸਨਦ ਨਹੀਂ ਉਹ ਦਿੰਦਾ ਮੈਨੂੰ ਹੀ ਪਤਾ ਕੋਈ ਨਹੀਂ ਕਬੂਲ ਹੋਇਆ ਹੀ ਕੋਈ ਨਾ, ਤੇ ਇਹ ਅੱਲਾ ਦੇ ਹੁਕਮਾਂ ਨੂੰ ਪੂਰੇ ਕੀਤੇ ਨੇ ਤੇ ਮੈਂ ਤੈਨੂੰ ਆਇਆ ਸਪੈਸ਼ਲ ਸਲਾਮ ਕਰਨਾ ਜੋ ਤੂੰ ਲਾਇਕ ਕੇ ਸਲਾਮ ਹੈ, ਕਿਉਂ ਜੋ ਤੂੰ ਅਲੀ ਦੀ ਮਾਂ ਨੂੰ ਸੁਜਾਤ ਹੈ। ਮੈਂ ਜਲੇ ਆਪ ਇਹਰਾਮ ਦੀ ਸ਼ਕਲ ਚ ਮਕਾਨ ਹਿੱਕ ਦਾ ਬਾਰੂ ਤਵਾਫ ਕੀਤਾ ਨਾ ਤੇ ਮੈਂ ਇਤਨਾ ਟੁਰੇ ਉਹਨਾਂ ਸਫਾ ਮਰਵਾ ਕਦੀ ਭੱਜਣ ਕਦੀ ਟੁਰਨ, ਅਜੇ ਤੱਕ ਸੁਚੇਂਦਾ ਆਇਆ ਮੈਂ ਕੋਈ 7ਵੀਂ ਮੰਜ਼ਲ ਤੇ ਆਵਾਂ ਤੇ ਉੱਥੋਂ ਮੈਨੂੰ ਕਾਬਾ ਜ਼ਰੀਕ ਦਿਸਿਆ ਤੇ ਮੈਂ ਆਖਿਆ ਇਤਨਾ ਜਿੱਕਾ ਮਕਾਨ ਤੇ ਬਾਰੂ ਪਹਾੜ ਕਾਲੇ ਮਕਾਨ ਵਿੱਚ ਪਹਾੜ ਬਾਹਰੋਂ ਕਾਲੇ ਤੇ ਬਾਅਦ ਬੰਦੇ ਦੀ ਆਪਣੀ ਰਿਸਰਚ ਹੁੰਦੀ ਹੈ ਕੀ ਤੂੰ ਬੰਦੇ ਲੱਗੇ ਵੇਂਦੇ ਨੇ ਮਕਾਨ ਨੂੰ ਚੱਕਰ ਲੈਂਦੇ ਘਰ ਆਵੇਂਦੇ ਬਾਅਦ ਮੈਂ ਉਹਨੂੰ ਗੌਰ ਨਾਲ ਵੇਖਿਆ ਜਿਵੇਂ ਅੱਲਾਹ ਨੇ ਬੰਦੇ ਦੇ ਅੰਦਰ ਦਿਲ ਲੁਕਾ ਕੇ ਰੱਖਿਆ ਬਾਹਰੋਂ ਪਸਲੀਆਂ ਨੇ ਤੇ ਦਿਲ ਵਿੱਚ ਤੇ ਅਨੇਰੇ ਚ ਖਲਾਰ ਕੇ ਆਦਾ ਮੈਨੂੰ ਰੱਖੇ ਨਾ ਤੇ ਮੇਰੀ ਇਹ ਜਾਏ ਮੈਨੂੰ ਕਾਬਾ ਇੰਨਾ ਲੱਗਾ ਬਾਹਰੋਂ ਪਹਾੜਾਂ ਚ ਮਕਾਨ ਆਪਣਾ ਲੁਕਾ ਖਲਾਰਿਆ ਸੀ ਜਿਹੜਾ ਚੱਕਰ ਲਾਇਆ ਉਸ ਵੇਲੇ ਮੈਨੂੰ ਪਤਾ ਲੱਗਾ ਮੈਂ ਪਿਆਦਾ ਸਭ ਕੋ ਚੱਕਰ ਨੇ ਚੱਕਰ ਨੇ ਡਾਲ ਰੱਖਾ ਹੈ ਕੈਸਾ ਕਾਬੇ ਮੈਂ ਲਾਲ ਰੱਖਾ ਹੈ ਮੈਂ ਪਿਆਦਾ ਚਸ਼ਮਾ ਬਸ ਨਾ ਕੋਈ ਦੇਖ ਸਕੇ ਇਸ ਲਈ ਪਰਦਾ ਡਾਲ ਰੱਖਾ ਹੈ
ਮੈਂ ਉਹਨੇ ਕਸੀਦਾ ਉਹ ਪੜੂਆ ਜਿਹੜਾ ਇੱਕ ਸ਼ੇਨਈ ਜੀ ਉਹ ਉਸ ਦੌਰ ਦਾ ਕਸੀਦਾ ਜਿੱਦਾਂ ਹੁਸੈਨ ਬਾਦਸ਼ਾਹ ਦੀ ਮਜਲਿਸ ਸ਼ੀਆ ਸੁੰਨੀ ਰਲ ਕੇ ਸੁਣਦੇ ਆ। ਗੱਲ ਤਾਂ ਚੰਗੀ ਨਹੀਂ ਕਿਉਂਕਿ ਜਦੋਂ ਦੇ ਹਜ਼ਰਾਤ ਇਲਮ ਦੇ ਜ਼ੋਰ ਹੋਇਆ ਨੇ ਕੌਮ ਰਲ ਤੇ ਬਹਿ ਹੀ ਨਹੀਂ ਪੀ ਸਕਦੀ। ਉੱਠੀਓ ਇੱਕ ਸ਼ੇਰ, ਇੱਕ ਸ਼ੇਰ ਤਾਂ ਸਵਾਦ ਏ ਫਜ਼ਾਇਲ ਦਾ ਤਾਲਕ ਹੀ ਜੁਮਣਾ ਚਾਹੀਦਾ ਜਿਵੇਂ ਕਸੀਦਾ ਪਿਆਦਾ ਮਦੀਨੇ ਵਿੱਚ ਬੇਸ਼ਤੀ ਲੋਕਾਂ ਦੇ ਸਰਦਾਰ ਰਹਿੰਦੇ ਨੇ, ਮਦੀਨੇ ਵਿੱਚ ਬੇਸ਼ਤੀ ਲੋਕਾਂ ਦੇ ਸਰਦਾਰ ਰਹਿੰਦੇ ਨੇ, ਇਸ ਰਾਤ ਦੇ ਕਸੀਦੇ ਨਹੀਂ ਪੜਦਾ ਲੋਕਾਂ ਦੇ ਸਰਦਾਰ ਰਹਿੰਦੇ ਨੇ, ਮਦੀਨੇ ਵਿੱਚ ਬੇਸ਼ਤੀ ਲੋਕਾਂ ਦੇ ਸਰਦਾਰ ਰਹਿੰਦੇ ਨੇ, ਮਦੀਨੇ ਵਿੱਚ ਬੇਸ਼ਤੀ ਲੋਕਾਂ ਦੇ ਬੇਸ਼ਤੀ ਲੋਕਾਂ ਦੇ ਸਰਦਾਰ ਰਹਿੰਦੇ ਨੇ, ਮਦੀਨੇ ਵਿੱਚ ਬੇਸ਼ਤੀ ਲੋਕਾਂ ਦੇ ਸਰਦਾਰ ਰਹਿੰਦੇ ਨੇ, ਮਦੀਨੇ ਵਿੱਚ ਬੇਸ਼ਤੀ ਲੋਕਾਂ ਦੇ ਸਰਦਾਰ ਰਹਿੰਦੇ ਨੇ। ਮੁਕਾਬਲਾ ਪੇ ਕਰਦੇ ਹੋ ਤਾਂ ਮੈਂ ਹੀ ਸੁਣ ਸਕਦਾ ਹਾਂ, ਤੁਸੀਂ ਸੁਣੋ। ਸਰਦਾਰ ਰਹਿੰਦੇ ਨੇ ਮਦੀਨੇ ਵਿੱਚ ਬੇਸ਼ਤੀ ਲੋਕਾਂ ਦੇ ਸਰਦਾਰ ਰਹਿੰਦੇ, ਜਿਨ੍ਹਾਂ ਦੇ ਦਰ ਉੱਤੇ ਮਲਕੋਤ ਦਰਜ਼ੀ ਬਣ ਕੇ ਆਉਂਦੇ ਨੇ। ਸ਼ੇਰ ਆਖਣਾ ਚਾਹੁੰਦਾ ਹਰ ਬੰਦੇ ਨੂੰ, ਹਰ ਬੰਦੇ ਨੂੰ ਇਤਲਾਹ ਦੇਣਾ ਚਾਹੁੰਦਾ, ਮਦੀਨੇ ਵਾਲੇ ਕੌਣ ਨੇ ਜਿਹੜੇ ਜੰਨਤ ਦੇ ਸਰਦਾਰ ਨੇ, ਬਹਿਸ਼ਤੀ ਲੋਕਾਂ ਦੇ ਸਰਦਾਰ ਕਿੱਥੇ ਰਹਿੰਦੇ ਨੇ? ਮਦੀਨੇ ਮਦੀਨਾ ਗਰ ਜੈਨੂੰ ਜੈਨੂੰ ਯਾਦ ਏ ਸ਼ੇਰ ਸੁਣੇ, ਨਬੀ ਸਜਦੇ ਦੇ ਵਿੱਚ ਹੋਵੇ ਨਬੀ ਦੀ ਕੰਨ ਤੇ ਚੜ ਬਾਂਧਣ, ਇਹ ਉਹ ਕਸੀਦੀਆਂ ਜਿਹੜੇ ਸ਼ੀਆ ਸੁਨੀ ਰਲ ਕੇ ਦਾਦ ਹੀ ਦਿੰਦੇ ਹਨ ਤੇ ਸੁਣਦੇ ਹੀ ਹਨ। ਹਰ ਦੌਰ ਨਾਲ ਹਰ ਸ਼ੈ ਬਦਲਦੀ ਹੈ, ਫਿਰ ਅਗੋ ਕਿਵੇਂ ਬਈ ਨਬੀ ਸਜਦੇ ਦੇ ਵਿੱਚ ਹੋਵੇ ਨਬੀ ਦੇ ਕੰਡ ਤੇ ਚੜ ਬਾਂਧੇ, ਨਬੀ ਸਜਦੇ ਦੇ ਵਿੱਚ ਹੋਵੇ ਨਬੀ ਦੇ ਕੰਡ ਤੇ ਚੜ ਬਾਂਧੇ, ਨਬੀ ਸਜਦੇ ਦੇ ਵਿੱਚ ਹੋਵੇ ਨਬੀ ਦੇ ਕੰਡ ਤੇ ਚੜ ਬਾਂਧੇ, ਮੁਹੰਮਦ ਨਹੀਂ ਲਾ ਸਕਦਾ ਇਹ ਮਰਜ਼ੀਆਂ ਨਾਲ ਲਾਂਦੇ, ਬਿਸਮਿਲਾ ਨੌਕਰ ਜਨਾਬ, ਮੇਰਾ ਕੋ ਕੀ ਭਾਈ ਮੇਰਾ ਕੋ ਨਬੀ ਸਜਦੇ ਦੇ ਵਿੱਚ ਹੋਵੇ ਨਬੀ ਦੇ ਕੰਡ ਤੇ ਚੜ ਬਾਂਧੇ, ਨਬੀ ਸਜਦੇ ਦੇ ਵਿੱਚ ਹੋਵੇ ਨਬੀ ਦੇ ਕੰਡ ਤੇ ਚੜ ਬਾਂਧੇ, ਮੁਹੰਮਦ ਨਹੀਂ ਲਾ ਸਕਦਾ ਇਹ ਮਰਜ਼ੀਆਂ ਨਾਲ ਲਾਂਦੇ ਨੇ। ਆਖੋ ਤਾਂ ਅਗਲਾ ਸ਼ੇਰ ਹੀ ਪੜੀ ਵੰਜਾ, ਅਗਲੇ ਸ਼ੇਰ ਦੀ ਤਵੱਜੋ, ਨਿਕਾ ਜੇ ਅਰਸ਼ ਤੇ ਹੋਵੇ ਮਦੀਨੇ ਵਿੱਚ ਕਰਨ ਸ਼ਾਦੀ, ਕੋਈ ਨੀ ਮਿਸਰੇ ਦਾ ਤਸਲਸਲ ਵੇਖੋ, ਇੱਕ ਵਾਰੀ ਉੱਤਾ ਵੇਖਣਾ ਪੈਂਦਾ, ਨਿਕਾ ਜੇ ਅਰਸ਼ ਤੇ ਹੋਵੇ ਕਰਨ ਸ਼ਾਦੇ, ਨਿਕਾ ਜੇ ਅਰੇਸ਼ ਤੇ ਹੋਵੇ ਨੇ ਮਦੀਨੇ ਵਿੱਚ ਕਰਨ ਸ਼ਾਦੇ, ਨਿਕਾ ਜੇ ਅਰੇਸ਼ ਤੇ ਹੋਵੇ ਮਦੀਨੇ ਵਿੱਚ ਕਰਨ ਸ਼ਾਦੇ, ਸਤਾਰੇ ਖਬਰ ਦੇ ਮਣ ਕਾਨ ਕੰਮੀ ਬਣ ਕੇ ਲਾਂਦੇ, ਮਿਹਨਤ ਚਸ ਨਹੀਂ ਆਈ। ਪੈਦਾ ਸੈਦਾਂ ਦੀ ਨੌਕਰੀ ਜਿਵੇਂ ਜਿਵੇਂ ਕਹੇ ਸ਼ਾਇਦ ਜ਼ਿੱਦ ਕਰੇ ਸੋਨਾ,
ਬੰਦਾ ਤਾਂ ਮੈਂ ਠੁੱਲ ਸੂਤਰਾ ਹਾਂ, ਸੋਹਣਾ ਸੋਹਣਾ ਕੋਈ ਨਹੀਂ, ਬਹਿਕ ਹੁਸੈਨ ਦਾ ਨਾਂ ਹੈ ਜਿਹੜਾ ਸੋਹਣਾ ਕੀਤੀ ਵੇ। ਮੈਂ ਪਿਆ ਤਾਂ ਸੈਦਾਂ ਦੀ ਨੌਕਰੀ ਜ਼ਿੰਦਗੀ ਸਵਾਰ ਦੇਸੀਆ, ਸੈਦਾਂ ਦੀ ਨੌਕਰੀ ਜ਼ਿੰਦਗੀ ਸਵਾਰ ਦੇਸੀਆ, ਸੈਦਾਂ ਦੀ ਨੌਕਰੀ ਜ਼ਿੰਦਗੀ ਸਵਾਰ ਦੇਸੀਆ, ਸੈਦਾਂ ਦੀ ਨੌਕਰੀ ਜ਼ਿੰਦਗੀ ਸਵਾਰ ਦੇਸੀਆ। ਮੈਂ ਨੌਕਰਾਂ ਨਾਲ ਗੱਲ ਪਿਆ ਕਰੇ ਨਾ ਸਹੀਦਾਂ ਦੇ ਨੌਕਰਾਂ ਨਾਲ, ਮੇਰੇ ਨਾਲ ਉਹ ਬੋਲਣ ਜਿਹੜੇ ਸਹੀਦਾਂ ਦੇ ਨੌਕਰ, ਨਹੀਂ ਤਾਂ ਨਾ ਬੋਲਣ, ਮੈਨੂੰ ਪਤਾ ਤਾਂ ਲੱਗੇ ਸਹੀਦਾਂ ਦੀ ਨੌਕਰੀ ਸੂਰਜ ਨੂੰ ਆਦਾ ਤੂੰ ਅੱਲਾ ਦਾ ਸ਼ਮਸਾ, ਮੈਂ ਅਲੀ ਦਾ ਸ਼ਮਸਾ, ਬੋਟੀ ਭੋਨ ਸਾਈਡ ਮਾਰ ਕਰੋ ਮੀਆਂ ਦੇ ਗੁਣ ਕਰੋ, ਅੱਲਾ ਦਾ ਸ਼ਮਸਾ ਮੈਂ ਅਲੀ ਦਾ ਸ਼ਮਸ ਹੋ ਗਿਆ ਨਾ ਬੋਟੀ ਭੁਨ। ਬੋਟੀ ਭੁਜਣੀ ਸ਼ੁਰੂ ਹੋਈ ਹੈ ਮੁਲਤਾਨ ਦੀ ਜ਼ਮੀਨ ਨੂੰ, ਅੱਗ ਲੱਗਣ ਲੱਗ ਪਈ ਫਕੀਰਾਂ ਨਿਗਾਹ ਨਾਲ ਡਿੱਠਾ, ਜੁੱਤੀਆਂ ਲੱਥੀਆਂ ਹੋਈਆਂ, ਬੰਨੇ ਹੋਏ ਸ਼ਮਸ ਮਨਵਾਉਣਾ ਚਾਹੁੰਦਾ ਜੋ ਮੈਂ ਅਲੀ ਦਾ ਪੁੱਤਰ ਹਾਂ, ਸ਼ਮਸਾ ਦਿਨ ਮੈਂ ਅੱਗੇ ਹੀ ਅਲੀ ਦਾ ਪੁੱਤਰ ਹਾਂ, ਮਗਰ ਮਨਵਾਉਣਾ ਇਹ ਚਾਹੁੰਦਾ ਸਹਿਦਾਂ ਦੀ ਨਾ ਕਰੇ। ਸ਼ਾਹੀ ਖਾਨਦਾਨ ਦਾ ਫਰਦ ਹੋ ਕੇ ਕਮਲਾ ਬਣਿਆ ਬਣਾ ਮਰ ਗਿਆ ਹੋਇਆ ਦਾ, ਜੇ ਮਰਨ ਦਾ ਪ੍ਰੋਬਲਮ ਹੋਵੇ ਤਾਂ ਤੈਨੂੰ ਹੋਵੇ ਮਰ ਲੈਨੇ ਆ, ਸਾਡਾ ਕੋਈ ਖਰਚਾ ਪਿਆ ਹੁੰਦਾ ਹੱਥ ਪੈਰ ਲੰਮੇ ਕੀਤੇ ਚੈੱਕ ਕਰਨ ਲੱਗ ਗਏ ਨੂੰ ਆਦਰੇ ਤਾਂ ਮਰ ਗਿਆ, ਖੂਨ ਆਈ ਕੱਛੇ ਚ ਹੋਈ ਹੈ ਰੁਣਾ ਤੇ ਆਦਾ ਮੈਨੂੰ ਪਤਾ ਹੁੰਦਾ ਤੂੰ ਮੌਤ ਤੇ ਕਾਦੇ ਨੇ, ਵਾਤੇ ਚ ਮੇਰੇ ਬੂਹੇ ਤੇ ਨਾ ਮਨਿਆ ਉੱਠੀ ਬੈਠਾ ਦਾ, ਜੇ ਤੈਨੂੰ ਮਰਨ ਦਾ ਪ੍ਰਾਬਲਮ ਹੈ ਤਾਂ ਅਸਾਂ ਕਦਾ ਹੀ ਵੱਤ ਮਾਰ ਲਈ ਸਾਂ। ਕੁਆਨ ਤਾਂ ਸੁਣਨ ਦਾ ਵੱਲ ਆਉਂਦਾ ਕੱਸਾ, ਮੈਨੂੰ ਵੱਲ ਨਹੀਂ ਆਉਂਦਾ। ਵਿੰਡੀ ਵੱਡੀਆਂ ਲਿਓ ਬੇਬ ਜੀ ਲੈਣਾ ਖਾਂ, ਬਹਲੋਲ ਉੱਠੀ ਗਿਆ ਬਾਹਰ ਆਇਆ ਬਾਰੂ ਮਜਮਾ ਵੇੜ ਗਿਆ, ਬਹਲੋਲ ਮਰਨ ਕਾਣ ਤਾਂ ਇੱਕ ਰੱਸੀ ਕਾਫੀ, ਇਹ ਮਰਨ ਤੋਂ ਬਾਅਦ ਜੀਵਾਂ ਦਾ ਵੱਲ ਕਹਿ ਦੱਸੀ, ਹੱਸ ਹੱਸ ਕੇ ਦਬ ਦੇ ਸਹਿਦਾਂ ਦੀ ਨਗਰ। ਸੰਸਾਰ ਹਮਲਾ ਕੀਤਾ, ਮੱਛਲੀ ਮੂੰਹ ਚ ਆ ਗਈ, ਜਬੜੇ ਮਿਲੈਂਦਾ ਪਿਆ ਆ ਮੱਛਲੀ ਆ ਕਰਨਾ ਮੌਲਾ ਨੇ ਨੇਜ਼ਾ
دشمن تو کھو کے مچھلی دی پشت اج ماریا سنسار نو لگنا آئی او دا منہ کھل گیا مچھلی منہ چ نکل کے پیچھا ونجے ٹولا بن کے مچھلیاں روندیاں ودیاں نے ہکا علی علی ودی کریندی آئی مر گئی جے ویکھن تے پانی چ جمپ ودی چیندی ہے مچھلی آدی ار مر گئی آں تے بچ کیویں گئی ہیں ہس ہس کے ودی آدی ہے سیدا وی نا کر بسم اللہ مولا نصیب کرے سید اکے پیا کرے نا اگر ہاتھ ہی دے میں آ تو میرے ہیں ممبر تے آ گئے تو سو سی جاندے بے عیب جی لائن اکھاں جیڑے بندے آ جاتا ہی نہیں بولے مرن تو کوئی بچ نہیں سکتا مرن تو بعد قبر چ ویسے نکی رہنا سن من ربو کا من نبیو کا من اماموں کا سوالاں دی بچھال ہن تے نہیں پیا بلیندا ویکسی سراں دی کرسی تے علی بیٹھے ہو سن ملائکہ دی اکھا جکھا پا کے اکسی سیداں دی نہ کہ فرشتے خطا پوچھتے راندن تو سب کوئی نہیں سنے اب بولے نہیں نا میں پریشان ہوں گا شاید انہوں نے دس ایک کہیں نہیں فرشتے خطا گناہ نیکیہ پوچھتے میں سنے آئے میں سنے آئے خطا پوچھ دے راندن تے آ کے قبر وچ گناہ پوچھ دے راندن تو ایک داغ سینے تے ماتم دا لاچا میں ویکھاں فرشتے کے آ پوچھ دے راندن سیداں دی بہ جا دین دے لین دے کچھ نہیں یعنی سور لا مفت لگ دے پے صلوات وچ آواز نہیں صلوات انج پڑھو دل کرے مجلس تے دو جملے آپ میں پیاداں جدا خالق دکھ تقسیم کیتے اج رش ودیا تے علی دیاں دھیاں اج دیگر تو بے چین میں پیاداں جدوں خالق دکھ تقسیم کیتے یار یہ گل تے اپنے آپ آکھو کی آکھے میں پیاداں جدوں خالق تقسیم گیت تے گدے اس کول نبیاں پڑیا قید دانا جاں مسلو دے کول ہستیاں چپ کر واہ 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 جی میں سمجھ آ گئی کافی ہے مسائل میں پیادا جدا خالق دکھ تقسیم کیتے
ਤੇ ਕਿਤੇ ਇਸ ਕੋਲ ਨਬੀ ਆਪਣੇ ਅਕੈਦ ਦਾ ਨਾ ਜਾ ਮਿਸਲੂ ਤੇ ਕੋਲ ਹੱਸਦੀਆਂ ਚੁੱਪ ਕਰ ਬੜਾ ਪੁਰਾਣਾ ਬੰਦ ਹੈ ਮੈਨੂੰ ਲੱਗਦਾ ਜ਼ਾਕਰ ਪੜ੍ਹਨਾ ਹੀ ਛੋੜ ਗਏ ਮੈਂ ਪਿਆਦਾ ਡਿੱਠਾ ਸੁਨੈਣ ਦੇ ਨਾਨੇ ਆਸੇ ਪਾਸੇ ਆ ਮੁਸ਼ਕਲਾਂ ਸਾਰਦੇ ਗਈਆਂ ਖਾਮੋਸ਼ ਰਹੇ ਜੇ ਤਾਈਂ ਨਹੀਂ ਕੀਤੇ ਦਸ ਖਤ ਖਾਤੂਨ ਦੀਆਂ ਬੜੀ ਤਵੱਜੋ ਹੋ ਗਏ ਮੈਂ ਨੌਕਰਾਂ ਜਦੋਂ ਖਾਲਿਕ ਦੁੱਖ ਤਕਸੀਮ ਕੀਤੀ ਜੇ ਗਿੱਧੇ ਇਸੇ ਕੋਲ ਨਬੀਆਂ ਆਪਣੇ ਅਕੈਦ ਦਾ ਨਾਮ ਜਾ ਮਿਸਲੂ ਤੇ ਕੋਲ ਹੱਸਦੀਆਂ ਚੁੱਪ ਕਰ ਸਮਝ ਆ ਸੀ ਇਨਸ਼ਾਅੱਲਾ ਦਿੱਤਾ ਯਸਨਾ ਆ ਮੁਸ਼ਕਲਾਂ ਸਾਰਦੇ ਗਈਆਂ ਖਾਮੋਸ਼ ਰਹੇ ਜੇ ਤਾਈਂ ਨਹੀਂ ਕੀਤੇ ਦਸ ਖਤ ਖਾਤੂਨ ਬਿਸਮਿਲਾ ਜਦਾ ਖਾਲਕ ਦੁੱਖ ਤਕਸੀਮ ਕੀਤੀ ਤੇ ਕਿਤੇ ਇਸੇ ਕੋਲ ਨਵੀਆਂ ਆਪਣੇ ਅਕੈਦ ਦਾ ਨਾਮ ਜਾ ਮਿਸਲੂ ਤੇ ਕੋਲ ਹੱਸਦੀਆਂ ਚੁੱਪ ਕਰ ਬਸ ਭਾਈ ਮੇਰੇ ਕਰੀਮ ਅੱਲਾ ਨੇ ਕਾਬੀਨਾ ਬਣਾਈ ਜਿਵੇਂ ਮੁਲਕੀ ਸਰਬਰਾਹ ਬਣਦੇ ਨੇ ਮੇਰੇ ਅੱਲਾ ਨੇ ਜ਼ਮੀਨ ਵ ਆਸਮਾਨ ਦੀ ਤਖਲੀਕ ਅੰਬਿਆ ਔਰ ਮੁਰਸਲੀਨ ਦੀਆਂ ਰੂਹਾਂ ਸਾਰੇ ਇਕੱਠੇ ਕਰਕੇ ਮੇਰੇ ਅੱਲਾ ਨੇ ਇੱਕ ਤਾਜ ਸ਼ਿਫਾਤ ਰੱਖਿਆ ਜਿਹੜਾ ਚਾਹੁੰਦਾ ਮੈਂ ਦੁਨੀਆ 'ਤੇ ਬਾਦਸ਼ਾਹੀ ਕਰਾਂ ਇਹ ਤਾਜ ਸ਼ਿਫਾਤ ਉਹਨੂੰ ਦੇਣਾ ਜਿਹਨੂੰ ਚਾਹੇ ਬਖਸ਼ਾਵੇ ਕੋਈ ਨਬੀ ਰਸੂਲ ਇਹ ਨਾ ਆਖਿਆ ਮੈਂ ਦਮ ਨਹੀਂ ਮਾਰਿਆ ਮੈਂ ਮਾਰ ਸਕਦਾ ਮੈਂ ਅੱਲਾ ਮੈਨੂੰ ਅਜ਼ਮਾਇਆ ਨਹੀਂ ਇਹ ਕਿਤਾਬ ਚ ਹੈ ਇਹ ਇਮਤਿਹਾਨ ਹੈ ਕੋਈ ਖਾਨਦਾਨ ਉਠੀਵੇ ਕਿਤਾਬ ਪੜ੍ਹੋ ਇਹ ਤਾਜ ਸ਼ਿਫਾ ਤੇ ਸਿਰ ਤੇ ਰੱਖੇ ਕੋਈ ਸੁਲਤਾਨ ਬਣ ਮੈਨੂੰ ਆਦਮ ਤੋਂ ਲੈ ਕੇ ਈਸਾ ਅਲੈਹਿ ਸਲਾਮ ਤੱਕ ਨਬੀ ਆ ਤੇ ਹਟ ਗਏ ਬਾਦਸ਼ਾਹ ਅਲੀ ਆ ਗਏ ਤਾਜ ਸ਼ਿਫਾਤ ਵਾਸਤੇ ਕਿਤਾਬ ਚਾਹੀ ਇਮਤਿਹਾਨ ਦੀਆਂ 2-17 ਪੜੀਆਂ ਰੱਖਦੇ ਵਗ ਗਏ ਇਮਾਮ ਹਸਨ ਆ ਗਏ ਕਿਤਾਬ ਪੜ੍ਹੀ ਰੱਖਦੇ ਵਗ ਗਏ ਬੀਬੀ ਬਤੂਲ ਡਿੱਠਾ ਰੱਖ ਕੇ ਹਟ ਗਏ ਇਮਾਮ ਹੁਸੈਨ ਅਲੈਹਿ ਸਲਾਮ ਕਿਤਾਬ ਨਚਾਈ ਤੇ ਤਾਜ ਜਾ ਕੇ ਅਤੇ ਨਾਨਾ ਇੱਕ ਵਾਰੀ ਸਿਰ ਤੇ ਰੱਖ ਕੇ ਵੇਖਣ ਠਾਂਦਾ ਕਿਵੇਂ ਵਹਦਤ ਸਾਹਮਣੇ ਕੀਤਾ ਰਸੂਲ ਡਿੱਠਾ ਤੇ ਫਰਮਾਇਆ ਬੇਟਾ ਵੇਖ ਮੈਨੂੰ ਸੋਹਣਾ ਕਿਵੇਂ ਲੱਗਦਾ ਨਾਲ ਜੋ ਹੁਸੈਨ ਗਮੋ ਕਰਕੇ ਡਿੱਠਾ ਨਾ ਨਾਨੇ ਦੇ ਤਾਜ ਨੂੰ ਚਿਹਰਾ ਵੇਖ ਕਦੇ ਨਾਨਾ ਤੇਰੇ ਨਾਲ ਤਾਂ ਮੈਂ ਖਲੋਤੋ ਵਾਂ ਮੈਂ ਸੋਹਣਾ ਲੱਗਣਾ ਕਿਹੜਾ ਤਾਜ ਸੋਹਣਾ ਨਾਨਾ ਵੱਧ ਪਰੇਸ਼ਾਨ ਨਾ ਹੋ ਹੁਣ ਮੈਂ ਕਰਾਇਆ ਤਾਂ ਲਹਾਵੇਂ ਨਹੀਂ
ਹੁਸੈਨ ਕਿਤਾਬ ਪੜ੍ਹੀ ਹੈ ਯਾਦ ਆ, ਕਿਤਾਬ ਪੜ੍ਹ ਕੇ ਨਾਨਕ ਇਹ ਕਰਨਾ, ਨਾਨੇ ਨੂੰ ਸ਼ਾਇਦ ਸੋਹਣੀ ਲੱਗੇ ਹੁਸੈਨ ਫਰਦ ਹੋਵੇ। ਬਸ ਬੱਤੀਆਂ, ਜੇ ਤੁਹਾਨੂੰ ਸਮਝ ਹੀ ਨਹੀਂ ਆਈ ਤਾਂ ਮੈਂ ਮਾਫ਼ੀ ਮੰਗਸਾ, ਸਲਾਮ ਕਰੇ ਨਾ। ਮੇਰੀ ਜ਼ਿੰਦਗੀ ਵਿੱਚ ਜਿਹੜੀ ਮਰਕਜ਼ ਮਜਲੇ ਸੇ ਨਾ ਮਸਾਇਬ ਦੀ ਸੇ ਜੁਮਲੇ ਤੇ ਮੁੱਕ ਗਈ ਹੈ, ਹੁਸੈਨ ਦਿਨ ਮੈਂ ਫਰਦੋ ਵਾਂ ਤੇ ਵਾ ਤਾਂ ਨਾਨਾ ਤੈਨੂੰ ਤਾਜ ਸੋਹਣਾ ਲੱਗੇ ਤੇ ਮੈਂ ਹੁਸੈਨ ਨਾ ਲੈ ਦੇਵਾਂ। ਨਬੀ ਆਦਰ ਮੈਂ ਦਮ ਨਹੀਂ ਮਾਰਿਆ, ਪੜ੍ਹ ਤਾਂ ਸਹੀ ਪਰਚਾ, ਨਾਨੇ ਦੇ ਮੂੰਹ ਦਰ ਵੇਖਦੇ ਪਰੇਸ਼ਾਨ ਨਾ ਹੋ, ਉਹ ਕੁਝ ਲਈ ਸੀ ਨਾ ਜਿਹੜਾ ਕੁਝ ਦਿੱਤੋ ਜੋ ਸੀ। ਜੰਗਲ ਚ ਜ਼ਖਮੀ ਬਹਿ ਕੇ ਆਖਸਾ ਹੁਣ ਮੰਗ ਮੇਰੀ ਮਾਂ ਬਤੂਲੇ, ਮੈਂ ਉਸ ਵੇਲੇ ਆਖਸਾ ਮੰਗ ਜੋ ਤੂੰ ਆਪਣੀਆਂ ਦਿੱਤੀਆਂ ਹੋਈਆਂ ਨੇਮਤਾਂ ਲੈ ਲਈਆਂ, ਹੁਣ ਮੰਗ ਮੈਂ ਹੁਸੈਨ ਦੇ। ਨਾਨੇ ਨਾਲ ਗੱਲਾਂ ਕਰਦੇ ਰਹੇ ਜੋ ਕਿਤਾਬ ਚ ਜਾ ਕੇ ਇੱਕ ਇੱਕ ਵਾਰ ਉਲਟੇ ਦਾ ਦਸਖਤ ਖਲਕ ਪੜੇ ਨੇ, ਕਿਤਾਬ ਮੁੱਕ ਗਈ ਰੱਖ ਛੋੜ। ਜ਼ਮਾਨੇ ਗੁਜ਼ਰੇ, ਨਬੀ ਗੁਜ਼ਰੇ, ਸਾਰੇ ਰਸੂਲ ਦਾ ਦੌਰ ਆਇਆ, ਸੁਣਦੇ ਸਾਰੇ ਨਬੀ ਦਾ ਦੌਰ, ਹਸਨੈਨ ਦਾ ਬਚਪਨ, ਨਮਾਜ਼ ਦੇ ਇਸ਼ਾ ਤੋਂ ਬਾਅਦ ਹਟੇ, ਜਿਲੇ ਰਸੂਲ ਲੱਗ ਗਏ, ਅਮੀਰ ਮੋਮਿਨੀਨ ਲੱਗ ਗਏ, ਇਮਾਮ ਹਸਨ ਅੰਦਰ ਲੱਗ ਗਏ, ਅਚਾਨਕ ਬਾਦਸ਼ਾਹ ਹੁਸੈਨ ਦੀ ਠਕ ਨੂਰੀ ਕਨਾਤ ਰੋਸ਼ਨ ਕਨਾਤ ਲੱਗ ਗਈ, ਖੁਸ਼ਬੂ ਤੇ ਮਾਸੂਮ ਆਖਿਆ ਜਬਰੀਲ ਆ ਮੌਲਕ ਕਿਵੇਂ ਆ ਕਹੋ ਤਜਦੀਦ ਅਹਿਦ ਕਾਣਾ ਆ, ਉਹ ਜਿਹੜਾ ਅਜ਼ਲ ਤੋਂ ਵਾਅਦਾ ਨਾ ਕੀਤਾ ਮੈਨੂੰ ਅੱਲਾ ਆਖਿਆ ਅੱਜ ਹੁਸੈਨ ਦੇ ਵਸਣ ਦੀ ਮੌਸਮ ਹੈ। ਨਾਨਾ ਜੀ ਦੱਸ ਜਬਰੀਲ ਤੇ ਮੈਂ ਆਖਿਆ ਮੇਰਾ ਕਰੀਮ ਅੱਲਾ ਜੀ ਅੱਜ ਮੈਨੂੰ ਗਲੇ ਦਿਓ ਤੇ ਹੁਸੈਨ ਨੂੰ ਜੋ ਮੈਂ ਪੜ੍ਹਾਵਾਂ ਤੇ ਅੱਜ ਬਾਦਸ਼ਾਹ ਇਤਨਾ ਰੋਸੀ ਇਹਦੀਆਂ ਹੰਝੂ ਬਤੂਲ ਕਿਵੇਂ ਵੇਸੀ। ਖਾਲਿਕ ਆਖਿਆ ਪਰੇਸ਼ਾਨ ਨਾ ਹੋ, ਮੈਂ ਅੱਲਾ ਈਦਾਂ ਬਣਾ ਦੇਣਾ, ਦੁੱਖਾਂ ਦਾ ਕਿਫਾਰਾ ਦੇਣਾ, ਖੁਸ਼ੀਆਂ ਦਾ ਬਦਲ ਹੀ ਮੰਗਣਾ, ਠੀਕ ਹੈ ਤੂੰ ਪਰਚਾ ਲੈ ਮੈਂ ਆ ਗਿਆ, ਪਰਚਾ ਦਸਖਤ ਫਰਮਾ ਦੇ ਲਿਖ। ਜਬਰੀਲ ਦਾ ਅੱਜ ਇੰਜ ਨਹੀਂ, ਤੂੰ ਮੇਰੇ ਉਸਤਾਦ ਦਾ ਪੁੱਤਰ ਹੈ, ਮੈਂ ਤਾਂ ਤੂੰ ਮੈਨੂੰ ਕੱਲ ਆਖੀ ਮੈਨੂੰ ਪੜ੍ਹਾਵੇਂ ਤਾਹ, ਅੱਜ ਮੇਰੇ ਦਿਲ ਮੈਂ ਤੁਹਾਨੂੰ ਚਾਹੀਨਾ ਚਾਹ ਤੇ ਮਦੀਨੇ ਦੇ ਬਾਹਰੋਂ ਰੇਤ ਤੇ ਵੰਜ ਬਹੀਨਾ। ਸੁਣ ਲਈ ਸੋ ਗੱਲ, ਮੈਂ ਰੇਤ ਤੇ ਵੰਜ ਬਹੀਨਾ, ਇੱਕ ਤਲੇ ਪਰ ਵਿਸ਼ੇ ਸਾਂ ਉੱਤੇ ਤੂੰ ਸਭ ਵੇ ਕਫੂਰੀ ਪਰੇ, ਅਰਬ ਦੱਸੇ ਕਿ ਨਾ ਉਸੀ ਦੂਰ ਪਰ ਦੀ ਛਾਂ ਬਣੀ ਸਾਂ, ਮੈਂ ਇੱਕ ਇੱਕ ਸਫ਼ਾ ਕੱਢ ਕੇ ਪੜ੍ਹਸਾਂ ਤੂੰ ਸਾ ਦਸਖਤ ਕਰੇ। ਅੱਖਾਂ ਚ ਚਾਰ ਵੈਣ ਦੀ ਸ਼ਕਲ ਚ ਰਾਜਣੀ ਸੈਣੀ ਨਾਨਕੀ ਨਗਰੀ ਛੁਣੇ, ਸਈਦਾਂ ਦਾ ਇਮਤਿਹਾਨ ਦੇ ਚਾਰ ਸਫ਼ੇ ਪੜ੍ਹਦਾ, ਹੁਸੈਨ ਦੇ ਦਸਖਤ ਸੁਣਾਵਾਂ। ਬੇਦਾਰ ਤਾਂ ਬੈਠੇ ਅਠਾਵੀ ਰਜਬ ਦੀ ਬੁੜਦੀ ਦੀ ਗੈਰ ਬੂਹੇ ਤੇ ਮਹਮਲ ਬਹਿ ਸੈਂ, ਇਤਨੀਆਂ ਧੀਆਂ ਬਹਿਣਾ ਬਹਿ ਸੈਂ ਜੋ ਮਹਮਲ ਬਹਿੰਦੇ ਉਠੀਂਦੇ ਰਾਤ ਢਲ ਪੋ ਸੀ। ਜਬਰੀਲ ਦਸਖਤ ਕਰਵਾਏ ਨਵਤ ਜਬਰੀਲ ਅਗਲਾ ਸਫ਼ਾ ਪਰਤ ਗਿਆ ਦਏ, ਇੱਕ ਮਾਂ ਦੀ ਸ਼ਕਲ ਵਾਲੀ ਧੀ ਸੀ, ਕਦੀ ਅਰ ਟੁਰਦਾ ਵੇਖ ਸੈਂ ਕਦੀ ਬੁਲੈ ਦਾ ਵੇਖ ਸੈਂ, ਮਿੱਟੀ ਤੇ ਬੈਠੀ ਸੀ ਸਾਵੇਂ ਮਿੱਟੀ ਤੇ ਬਹਿ ਵੈਸੇ ਭਾਵੇਂ ਖਾ ਕਲੂ ਦਾ ਸੀ। ਥੋੜਾ ਜਿਹਾ ਆਵਾਜ਼ ਬਤਾ ਬਈ ਸਪੀ ਕਰਨ ਲੱਗੀ ਥੋੜਾ ਜਿਹਾ, ਭਾਵੇਂ ਖਾ ਕਲੂ ਦੋ ਸੀ ਸਾਵੇਂ ਮਿੱਟੀ ਤੇ ਬਹਿ ਰਸੇ, ਆਖਸੇ ਤੂੰ ਕਹੀ ਧੀ ਹੈ ਤੂੰ ਮਲੀ ਅਮਾ ਮਹਮਲ ਤੇ ਬੈ
ਜੀਓ ਸੀ ਅਕਬਰ ਮੁਹੰਮਦ ਦੀ ਸ਼ਕਲ ਵਾਲਾ ਪੁੱਤਰੋ ਸੀ ਉਨਵਾਦ ਸੇ ਮਨ ਵੀ ਮਲੀ ਨਿਭਦੀ ਨਹੀਂ ਇੱਕ ਮਾਮਲ ਤੂੰ ਲਾਇ ਵੈ ਸੀ ਵਤ ਅਗਲਾ ਸਫ਼ਾ ਪਰਤ ਗਿਆ ਦੈ ਤੂੰ ਹੀ ਕਰ ਬਲਾ ਦੀ ਗਿਰ ਤੂੰ ਸ਼ੁਕਰ ਵੈ ਸੀ ਨਿੱਕੀ ਬਚ ਵੈ ਸੀ ਜਦੀ ਉਮਰ ਚਾਰ ਸਾਲ ਸ਼ਹਿਰ ਚੰਦਰੀ ਉੱਤੇ ਹਰ ਮੋੜ ਤੇ ਪੱਥਰ ਜਲੇ ਸੀ ਵਿਰਾ ਛੁੜਾਈ ਸੀ ਪੱਥਰ ਜਲ ਗਿਆ ਸੀ ਮੈਨੂੰ ਨਮਾ ਯਤੀਮਾਂ ਨਾਲ ਮਿਹਰਬਾਨੀ ਕਰੀ ਆਪ ਮਰੀ ਸੀ ਲੁਕਣ ਦੀ ਜਾ ਨਾ ਲੱਭ ਸੀ ਸਾਹਿਬ ਲੰਬੇ ਪੜਨ ਦਾ ਤਾਂ ਕੋਈ ਪ੍ਰੋਬਲਮ ਨਹੀਂ ਅਗਲਾ ਸਫਾ ਦੀਆਂ ਬੇਕਫਾਨ ਭੈਣਾਂ ਬੇਕਫਾਨ ਹਰ ਭੈਣ ਦੁਨੀਆ ਤੇ ਗੁਰੂਕਾ ਮੰਗਦੀ ਹੈ ਮਰਨ ਤੋਂ ਬਾਅਦ ਕਫਨ ਮੰਗਦੀ ਹੈ ਯਾ ਹੀ ਕਦੀ ਆਈ ਸਕੀਨਾ ਜਿਹੜੀ ਮਰਨ ਤੋਂ ਬਾਅਦ ਅਕਸੀ ਮੈਂ ਬੇਕਫਨ ਰਾਜ਼ੀ ਹਾਂ ਸੈਯਦ ਦਸਖਤ ਕੀਤੇ ਮੱਕੇ ਚ ਹਰਾਮ ਤੁੜੇ ਸੇ ਦਸਖਤ ਕੀਤੇ ਨੇ ਇੱਕ ਵੀਰਾ ਸੀ ਜਿਹੜਾ ਬਾਬੇ ਅਲੀ ਵਾਂਗ ਤਾਕਤਵਰ ਬਾਇਆਂ ਦੀਆਂ ਮਿਹਨਤ ਕਰਕੇ ਅਕਸ਼ਵਾਂ ਮੇਰੇ ਰਾਜ਼ੀ ਨੂੰ ਆਖ ਮੈਂ ਗਰੀਬ ਦੋ ਮੁਹਰਮ ਨੂੰ ਕਰਬਲਾ ਹੁਸੈਨ ਦਸਖਤ ਕੀਤੇ ਸੱਤਵੀਂ ਦੀ ਦੀਗਰ ਖੈਮੇ ਪਟੇ ਸੇ ਉਲਮਾ ਲਾਕਸੀ ਅਜਦੀ ਗਰੇ ਦੇ ਲਹਾਂ ਦੇ ਮਤਾ ਤੇਰੀ ਤੁਲਦੀ ਆਈ ਮੈਂ ਤੈਨੂੰ ਨਜ਼ਰ ਖੈਮੇ ਧੁੱਪ ਦੇ ਲਗਵੇ ਸਨ ਸੱਤਵੀਂ ਦਾ ਤਸਾ ਅੱਠਵੀਂ ਦਾ ਤਸਾ ਨਾਨੀ ਦਾ ਤਸਾ ਹੁਸੈਨ ਦਾ ਬਚਪਨ ਹੈ ਦਸਖਤ ਪਏ ਕਰੇ ਬਾਵੀ ਦਾ ਦੇਣ ਚੜ ਸੀ ਨੌ ਲੱਖ ਮਾਰਾ ਦਾ ਲੋ ਸੀ ਕੁਰਬਾਨੀਆਂ ਦੀ ਅਬਤਦਾ ਅਲੀ ਅਕਬਰ ਦੀ ਮਰਛੀ ਤੋਂ ਸੈਯਦਾ ਦਾ ਕੌਣ ਅਲੀ ਅਕਬਰ ਦਾ ਨਾਨੇ ਤੋਂ ਬਾਅਦ ਨਾਨੇ ਦੀ ਸ਼ਕਲ ਲਾ ਦਾੜੀ ਲਾਂਦਾ ਬਚਣਾ ਜਿਹੜੇ ਪੁੱਤਰ ਦੀ ਮਰਛੀ ਛਿਕੇ ਸੈ ਮੂੰਹ ਚੁੰਮ ਕੇ ਆਪਣੀ ਚਾਦਰ ਨਾ ਅਕਬਰ ਦੇ ਕੁਸ ਵੰਜਣ ਤੋਂ ਬਾਅਦ ਕਾਸਮ ਦਾੜੀ ਲਾਉਂਦਾ ਰਾਤ ਦਾ ਪਰਨੇ ਆਪਾਂ ਮਾਲੋ ਸੀ ਜ਼ਮੀਨ ਤੇ ਕੱਪੜਾ ਵੀ ਛਾ ਕੇ ਕਦੀ ਹਸਨ ਨੂੰ ਸਰੇ ਸੈ ਕਦੀ ਮਾਂ ਨੂੰ ਸਰੇ ਸੈ ਕਦੀ ਘੋੜਿਆਂ ਦੇ ਸੁਪਾਂ ਦੇ ਪਿੱਛੂ ਭੱਜ ਸੈ ਅਕਸੈ ਮੈਨੂੰ ਇੱਥੇ ਕਿਵੇਂ ਜਬਰੀ ਲਗਲਾ ਸਬਾ ਪਤਾ ਕਿਆ ਦਾ ਨੌਕਰ ਗੁਨਾਮ ਮਰੀ ਵੈਸਨ
انتظار کھلا کرے نا تیرا جلے حوصلہ مات گیا اگلی گل مت کرے سا
مصیبت مک گئی جبری لادا تیری محمد دی قسم ہے تیرے قتل تو بعد فوج تیری بھائی سامنے مسافر شام ویرا ہاتھ نپ کے اپنے ہجرے